ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਵੇਰ ਦੀਆਂ ਮੁੱਖ ਖਬਰਾਂ ਦੇ ਵਿੱਚ ਆਓ ਲੜੀ ਬਾਰ ਗੱਲ ਕਰਦੇ ਹਾਂ ਪੰਜਾਬ ਅਤੇ ਦੁਨੀਆ ਦੀਆਂ ਤਾਜ਼ਾ ਵੱਡੀਆਂ ਖਬਰਾਂ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਸਾਡੇ ਨਾਲ ਜੁੜੇ ਰਹਿਣ ਦੇ ਲਈ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਤੇ ਅੱਜ ਦੀ ਪਹਿਲੀ ਵੱਡੀ ਖਬਰ ਰਣਜੀਤ ਸਿੰਘਾ ਕਤਲ ਕੇਸ ਰਾਮ ਰਹੀਮ ਦੇ ਸਮੇਤ ਪੰਜ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਪਰਿਵਾਰ ਨੂੰ 19 ਸਾਲਾਂ ਬਾਅਦ ਮਿਲਿਆ ਇਨਸਾਫ ਜੀ ਹਾਂ ਦੋਸਤੋ ਮਸ਼ਹੂਰ ਰਣਜੀਤ ਸਿੰਘ ਕਤਲ ਕੇਸ ਦੇ ਵਿੱਚ 19 ਸਾਲਾਂ ਦੇ ਬਾਅਦ ਪੰਚਕੁਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਸੋਮਵਾਰ ਨੂੰ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਸਮੇਤ ਪੰਜ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਦਾਲਤ ਨੇ ਰਾਮ ਰਹੀਮ ਨੂੰ 31 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ ਜਦਕਿ ਬਾਕੀ 4 ਦੋਸ਼ੀਆਂ ਨੂੰ 50-50 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ ਅਗਲੀ ਵੱਡੀ ਖਬਰ ਪੰਜਾਬ ਦੇ ਵਿੱਚ ਠੇਕੇ ਤੇ ਨਹੀਂ ਹੋਵੇਗੀ ਕੋਈ ਭਰਤੀ ਸੀਐਮ ਚੰਨੀ ਨੇ ਕਰਤਾ ਵੱਡਾ ਐਲਾਨ ਜਾਣੋ ਖਾਸ ਗੱਲਾਂ ਹੁਣ ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਲਈ ਠੇਕੇ ਤੇ ਕੋਈ ਵੀ ਭਰਤੀ ਨਹੀਂ ਕੀਤੀ ਜਾਵੇਗੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਹ ਸਪਸ਼ਟ ਕਹਿ ਦਿੱਤਾ ਹੈ ਸਿਸਟਮ ਬੰਦ ਕਰਨ ਜਾ ਰਹੇ ਹਾਂ ਤੇ ਸੋਮਵਾਰ ਨੂੰ ਮੰਤਰੀ ਮੰਡਲ ਦੀ ਬੈਠਕ ਦੇ ਮਗਰੋਂ ਸੰਬੋਧਨ ਦੇ ਵਿੱਚ ਸੀਐਮ ਚੰਨੀ ਨੇ ਕਿਹਾ ਹੈ ਕਿ ਠੇਕੇ ਤੇ ਭਰਤੀ ਬੰਦ ਕੀਤੀ ਜਾ ਰਹੀ ਹੈ ਉੱਥੇ ਹੀ ਕਲਾਸ ਡੀ ਚੌਥਾ ਦਰਜਾ ਮੁਲਾਜ਼ਮਾਂ ਨੂੰ ਹੁਣ ਕੱਚੇ ਨਹੀਂ ਸਗੋਂ ਪੱਕੇ ਭਰਤੀ ਕੀਤਾ ਜਾਵੇਗਾ। ਅਗਲੀ ਵੱਡੀ ਖਬਰ ਪੰਜਾਬ ਦੇ ਮੁੱਖ ਮੰਤਰੀ ਨੇ ਬਕਾਇਆ ਵਾਲੇ ਬਿਜਲੀ ਬਿੱਲਾਂ ਦੀਆਂ ਕਾਪੀਆਂ ਸਾੜੀਆਂ। ਜੀ ਹਾਂ ਦੋਸਤੋ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 2 ਕਿਲੋਵਾਟ ਦੇ ਭਾਰ ਵਾਲੇ ਸਾਰੇ ਬਿਜਲੀ ਉਪਭੋਗਤਾਵਾਂ ਦੇ ਬਕਾਇਆ ਮਾਫ਼ ਕਰਨ ਦੇ ਮਤੇ ਨੂੰ ਅੱਜ ਇਹਨਾਂ ਬਿੱਲਾਂ ਦੀਆਂ ਕਾਪੀਆਂ ਸਾੜ ਕੇ ਲਾਗੂ ਕਰ ਦਿੱਤਾ ਹੈ ਤੇ ਮੱਖ ਮੰਤਰੀ ਨੇ ਇਨਾ ਕਾਪਾ ਨੂੰ ਸਾੜਦੇ ਹੋਏ ਇੱਕ ਵੀਡੀਓ ਵੀ ਆਪਣੇ ਟਵਿੱਟਰ ਹੈਂਡਲ ਤੇ ਸਾਂਝਾ ਕੀਤਾ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਕੈਪਟਨ ਦਾ ਦੋ ਦਿਨਾਂ ਦਿੱਲੀ ਦੌਰਾ ਤੀਜੀ ਵਾਰ ਸ਼ਾਹ ਦੇ ਨਾਲ ਕਰਨਗੇ ਮੁਲਾਕਾਤ ਇਹ ਹਨ ਦੋਸਤੋ ਪੰਜਾਬ ਦੀ ਰਾਜਨੀਤੀ ਦੇ ਵਿੱਚ ਜਲਦ ਹੀ ਕੈਪਟਨ ਮਰਿੰਦਰ ਸਿੰਘ ਵੱਡਾ ਧਮਾਕਾ ਕਰ ਸਕਦੇ ਹਨ ਸਾਬਕਾ ਮੁੱਖ ਮੰਤਰੀ ਕੈਪਟਨ ਇੱਕ ਵਾਰ ਫਿਰ ਦੋ ਦਿਨਾਂ ਦੇ ਲਈ ਦਿੱਲੀ ਦੌਰੇ ਤੇ ਗਏ ਹੋਏ ਹਨ ਇਸ ਦੌਰਾਨ ਉਹ ਇੱਕ ਵਾਰ ਮੁੜ ਅਮਿਤ ਸ਼ਾਹ ਨੂੰ ਮਿਲ ਸਕਦੇ ਹਨ ਕੌਜਾ ਮੀਡੀਆ ਰਿਪੋਰਟਸ ਦੇ ਵਿੱਚ ਦਾਵਾ ਕੀਤਾ ਜਾ ਰਿਹਾ ਹੈ ਕਿ ਕੈਪਟਨ ਨਵੀਂ ਪਾਰਟੀ ਦਾ ਐਲਾਨ ਵੀ ਕਰ ਸਕਦੇ ਹਨ ਪਰ ਉਸ ਤੋਂ ਪਹਿਲਾਂ ਕਿਸਾਨਾਂ ਦਾ ਮਸਲਾ ਹੱਲ ਕਰਨ ਦਾ ਯਤਨ ਕਰ ਰਹੇ ਹਨ ਅਗਲੀ ਵੱਡੀ ਖਬਰ ਡੇਂਗੂ ਦੇ ਟੈਸਟ ਦੇ ਲਈ ਨਿੱਜੀ ਹਸਪਤਾਲ 600 ਰੁਪਏ ਤੋਂ ਬਾਧੂ ਚਾਰਜ ਨਹੀਂ ਕਰ ਸਕਦੇ ਪੰਜਾਬ ਸਰਕਾਰ ਨੇ ਦਿੱਤੇ ਆਦੇਸ਼ ਪੰਜਾਬ ਦੇ ਵਿੱਚ ਡੇਂਗੂ ਅਤੇ ਮਲੇਰੀਆ ਦੇ ਮਾਮਲਿਆਂ ਦੇ ਰੋਕ-थाम ਦੇ ਲਈ ਸਰਕਾਰ ਦੇ ਵੱਲੋਂ ਕਦਮ ਚੁੱਕੇ ਗਏ ਹਨ ਤੇ ਨਿੱਜੀ ਹਸਪਤਾਲਾਂ ਨੂੰ ਨਿਰਦੇਸ਼ ਦਿੱਤੇ ਜਾ ਰਹੇ ਹਨ ਜਿਸ ਵਿੱਚ ਕਿਹਾ ਗਿਆ ਹੈ ਕਿ ਡੇਂਗੂ ਟੈਸਟ ਦੇ ਲਈ 600 ਤੋਂ ਬਾਅਦ ਚਾਰਜ ਨਹੀਂ ਕੀਤੇ ਜਾਣਗੇ ਤੇ ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਟੈਸਟ ਮੁਫਤ ਹੋਣਗੇ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਹੈ ਮੁੱਖ ਮੰਤਰੀ ਚੰਨੀ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਕੀਤੇ ਵੱਡੇ ਐਲਾਨ ਬੀਐਸਐਫ ਦਾ ਮੁੱਦੇ ਤੇ ਵਿਸ਼ੇਸ਼ اجلاس ਸਦਨ ਦੀ ਆਖੀ ਕਹੀ ਪੰਜਾਬ ਦੀ ਕੈਬਨਟ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ ਇਸ ਪ੍ਰੈਸ ਕਾਨਫਰੰਸ ਦੇ ਦੌਰਾਨ ਵੱਡਾ ਐਲਾਨ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸ਼ਹਿਰਾਂ ਦੇ ਵਿੱਚ ਪਾਣੀ ਦੇ 700 ਕਰੋੜ ਰੁਪਏ ਦੇ ਬਕਾਇਆ ਬਿੱਲ ਨੂੰ ਮਾਫ ਕੀਤਾ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਹੁਣ ਸੂਬੇ ਵਿੱਚ ਪਾਣੀ ਦਾ ਬਿੱਲ ਫਿਕਸ ਕਰ ਦਿੱਤਾ ਗਿਆ ਹੈ ਤੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਸ਼ਹਿਰ ਦੇ ਵਾਟਰ ਬਾਕਸ ਦਾ ਬਿੱਲ ਹੁਣ ਸਰਕਾਰ ਦੇ ਵੱਲੋਂ ਭਰਿਆ ਜਾਵੇਗਾ ਮੁੱਖ ਮੰਤਰੀ ਚੰਨੀ ਨੇ ਕਿਹਾ ਹੈ ਕਿ ਟਿਊਬਵਲਾਂ ਦੇ ਬਿੱਲ ਵੀ ਪੰਜਾਬ ਸਰਕਾਰ ਵੱਲੋਂ ਭਰੇ ਜਾਣਗੇ ਤੇ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਚੌਥਾ ਦਰਜਾ ਮੁਲਾਜ਼ਮਾਂ ਦੀਆਂ ਵੀ ਰੈਗੂਲਰ ਭਰਤੀਆਂ ਹੋਣਗੀਆਂ ਤੇ ਕਿਸੇ ਨੂੰ ਠੇਕੇ ਤੇ ਭਰਤੀ ਨਹੀਂ ਕੀਤਾ ਜਾਵੇਗਾ ਤੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦਾ ਖਜ਼ਾਨਾ ਕਦੇ ਖਾਲੀ ਨਹੀਂ ਹੁੰਦਾ ਤੇ ਨਾ ਹੀ ਹੋਣ ਦਿੱਤਾ ਜਾਵੇਗਾ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਆ ਰਹੀ ਹੈ ਨਹਿੰਗ ਸਿੰਘਾ ਨੇ ਕਿਸਾਨਾਂ ਤੇ ਲਾਏ ਵੱਡੇ ਇਲਜ਼ਾਮ ਅੰਦੋਲਨ ਦੇ ਵਿੱਚ ਰਹਿਣ ਬਾਰੇ 27 ਅਕਤੂਬਰ ਨੂੰ ਫੈਸਲਾ ਜੀ ਹਾਂ ਦੋਸਤੋ ਸਿੰਘੂ ਬਾਰਡਰ ਤੇ ਬੇਰਹਿਮੀ ਦੇ ਨਾਲ ਹੋਏ ਕਤਲ ਤੋਂ ਬਾਅਦ ਨਹਿੰਗ ਸਿੰਘਾ ਨੂੰ ਮੋਰਚਟ ਹਟਾਉਣ ਦੀ ਮੰਗ ਉੱਠ ਰਹੀ ਹੈ ਤੇ ਇਸ ਨੂੰ ਲੈ ਕੇ ਨਹਿੰਗ ਸਿੰਘਾ ਨੇ ਸਿੰਘੂ ਬਾਰਡਰ ਤੇ ਹੀ ਧਾਰਮਿਕ ਇਕੱਠ ਸੱਦ ਲਿਆ ਤੇ ਜੋ 27 ਅਕਤੂਬਰ ਨੂੰ ਹੋਵੇਗਾ ਇਸ ਵਿੱਚ ਫੈਸਲਾ ਲਿਆ ਜਾਵੇਗਾ ਕਿ ਉਹਨਾਂ ਨੂੰ ਸਿੰਘੂ ਬਾਰਡਰ ਤੇ ਰਹਿਣਾ ਹੈ ਜਾਂ ਫਿਰ ਉੱਥੋਂ ਚਲੇ ਜਾਣਾ ਹੈ ਤਿੰਨ ਹਿੰਗ ਸਿੰਘ ਹਜੇ ਵੀ ਆਪਣੀ ਗੱਲ ਤੇ ਅੜੇ ਹੋਏ ਹਨ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਕੋਈ ਵੀ ਗਲਤੀ ਨਹੀਂ ਕੀਤੀ ਗਈ ਤੇ ਉਕਤ ਵਿਅਕਤੀ ਨੇ ਬੇਅਰਬੀ ਕੀਤੀ ਹੈ ਤੇ ਇਸ ਲਈ ਉਹਦੀ ਹੱਤਿਆ ਕੀਤੀ ਹੈ ਤੇ ਸਾਡੀ ਭੱਜਣ ਵਾਲੀ ਕੌਮ ਨਹੀਂ ਹੈ ਤੇ ਅਸੀਂ ਜੋ ਕੀਤਾ ਹੈ ਉਸ ਨੂੰ ਕਬੂਲ ਕਰਦੇ ਹਾਂ ਅਸਤੁਵਾਰ ਅਗਲੀ ਵੱਡੀ ਖਬਰ ਹੈ ਜੀ ਇੰਡੀਆਨਾ ਨੇਵੀ ਦੇ ਵਿੱਚ ਨਿਕਲੀਆਂ 2500 ਭਾਰਤੀਆਂ ਅੱਜ ਹੀ ਕਰੋ ਬਿਨੇ ਜੀ ਹਾਂ ਦੋਸਤੋ ਭਾਰਤੀ ਜਲ ਸੈਨਾ ਭਾਰਤੀ ਸ਼ੁਰੂ ਹੋ ਗਈ ਹੈ ਤੇ ਬਿਨੇ ਕਰਨ ਦੀ ਆਖਰੀ ਤਾਰੀਖ 25 ਅਕਤੂਬਰ ਹੈ ਜੇਕਰ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਛੇਤੀ ਆਨਲਾਈਨ ਬਿਨੇ ਕਰ ਸਕਦੇ ਹੋ ਤੇ ਭਾਰਤੀ 16 ਅਕਤੂਬਰ ਤੋਂ ਸ਼ੁਰੂ ਹੋ ਗਈ ਹੈ ਤੇ ਇੰਡੀਅਨ ਨੇਵੀ ਵਿੱਚ ਜਾਣ ਦੇ ਇਸ਼ਕ ਨੌਜਵਾਨਾਂ ਦੇ ਲਈ ਵਧੀਆ ਮੌਕਾ ਹੈ ਨੇਵੀ ਬੈਚ ਸੀਨੀਅਰ ਸੈਕੰਡਰੀ ਰਿਕਰੂਟ ਅਤੇ ਆਰਟੀਫੀਸ਼ੀਅਲ ਅਫਰੈਂਸ ਦੀਆਂ 2500 ਭਰਤੀਆਂ ਕੱਢੀਆਂ ਗਈਆਂ ਹਨ ਤੇ ਇਹ ਭਰਤੀ 16 ਅਕਤੂਬਰ ਤੋਂ ਸ਼ੁਰੂ ਹੋ ਰਹੀ ਹੈ ਤੇ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਸਰੀਰਕ ਪ੍ਰੀਖਿਆ ਅਤੇ ਮੈਡੀਕਲ ਟੈਸਟ ਦੇ ਆਧਾਰ ਤੇ ਹੋਵੇਗੀ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਹੈ ਜੀ ਵੈਦਰ ਅਪਡੇਟ ਦਿੱਲੀ ਐਨਸੀਆਰ ਬਿਹਾਰ ਹਿਮਾਚਲ ਅਤੇ ਪੰਜਾਬ ਸਮੇਤ ਦੇਹ ਦੇ ਕਈ ਸੂਬਿਆਂ ਦੇ ਵਿੱਚ ਲਗਾਤਾਰ بارش ਦੀ ਸੰਭਾਵਨਾ ਕੇਰਲ ਦੇ ਵਿੱਚ ਭਾਰੀ بارش ਦੇ ਕਾਰਨ ਹੜ੍ਹ ਆ ਗਏ ਹਨ ਤੇ ਇੱਥੇ 20 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ ਤੇ ਮੌਸਮ ਵਿਭਾਗ ਦੇ ਅਨੁਸਾਰ ਅਗਲੇ 3 ਤੋਂ 4 ਦਿਨ ਸੂਬਿਆਂ ਦੇ ਵਿੱਚ بارش ਦੀ ਸੰਭਾਵਨਾ ਜਾਰੀ ਰਹਿਣ ਦੀ ਸੰਭਾਵਨਾ ਹੈ ਤੇ ਹਾਲਾਂਕਿ بارش ਜਾਰੀ ਰਹਿਣ ਤੇ ਵੀ ਕੁਝ ਰਾਹਤ ਮਿਲੇਗੀ ਦੱਖਣ ਪੂਰਬੀ ਅਰਬ ਸਾਗਰ ਦੇ ਅਹੁਦੇ ਨਾਲ ਲੱਗਦੇ ਕੇਰਲ ਦੇ ਘੱਟ ਦਵਾ ਦਾ ਖੇਤਰ ਹੁਣ ਦੱਖਣੀ ਅੰਦਰੂਨੀ ਕਰਨਾਟਕ ਤੋਂ ਲੈ ਕੇ ਦੱਖਣੀ ਤਾਮਿਲਨਾਡੂ ਤੱਕ ਲੇ ਪੱਧਰ ਤੇ ਇੱਕ ਟ੍ਰਫ ਲਾਈਨ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਤੇ ਆਈਐਮਡੀ ਨੇ ਦਿੱਲੀ ਐਨਸੀਆਰ ਉੱਤਰ ਪੱਛਮੀ ਭਾਰਤ ਵਿੱਚ ਵੀ ਮੌਸਮੀ ਬਰਸਾਤ ਨੂੰ afghanistan ਅਤੇ ਗਵਾਂਡੀ ਇਲਾਕਿਆਂ ਵਿੱਚ ਪੱਛਮੀ ਗੜਬੜੀ ਦਾ ਕਾਰਨ ਦੱਸਿਆ ਤੇ ਅਗਲੇ 2-3 ਦਿਨਾਂ ਦੇ ਦੌਰਾਨ ਜਾਰੀ ਰਹਿੰਦੀ ਸੰਭਾਵਨਾ ਅਤੇ ਹੱਦੇ ਪ੍ਰਭਾਵ ਦੇ ਕਾਰਨ 19 ਅਕਤੂਬਰ ਨੂੰ ਹਿਮਾਚਲ ਪ੍ਰਦੇਸ਼ ਉੱਤਰਾਖੰਡ ਪੱਛਮੀ ਉੱਤਰ ਪ੍ਰਦੇਸ਼ ਦੇ ਬੱਕਰੇ ਸਤਾਨਾਂ ਤੇ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਵਿਭਾਗ ਨੇ ਸੋਮਵਾਰ ਨੂੰ ਵੀ ਦਿੱਲੀ ਐਨਸੀਆਰ ਵਿੱਚ ਜੈਲੋ ਅਲਰਟ ਜਾਰੀ ਕੀਤਾ ਹੈ। ਅਸ ਤੋਂ ਬਾਅਦ ਅਗਲੀ ਵੱਡੀ ਖਬਰ ਹੈ ਜੀ ਪੈਟਰੋਲ ਐ ਡੀਜ਼ਲ ਲਗਾਤਾਰ 4 ਦਿਨ ਦੇ ਵਾਅਦੇ ਤੋਂ ਬਾਅਦ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਆਈ ਵੱਡੀ ਖਬਰ। ਨਿਹਾਂ ਦੋਸਤੋ ਲਗਾਤਾਰ 4 ਦਿਨ ਤੱਕ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਦੇ ਬਾਅਦ 18 ਅਕਤੂਬਰ ਯਾਨੀ ਕੱਲ ਸੋਮਵਾਰ ਨੂੰ ਕੀਮਤਾਂ ਵਿੱਚ ਕੋਈ ਵੀ ਬਦਲਾਅ ਨਹੀਂ ਹੋਇਆ ਇੰਡੀਆਨ ਆਇਲ ਕਾਰਪੋਰੇਸ਼ਨ ਦੇ ਅਨੁਸਾਰ ਰਾਸ਼ਟਰੀ ਦਾਜਤਾ ਅਨੁਸਾਰ ਦਿੱਲੀ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਰੇਟ ਕਰਮਬਾਰ 105 ਰੁਪਿਆ 84 ਪੈਸੇ ਅਤੇ 94 ਰੁਪਿਆ ਤੇ 57 ਪੈਸੇ ਪ੍ਰਤੀ ਲੀਟਰ ਹੈ 에ਅਰਲਾਈਨ ਨੂੰ 에ਵੀਏਸ਼ਨ ਰਵਾਇਨ ਫਿਊਲ ਵੇਚਣ ਦੀ ਕੀਮਤ ਨਾਲੋਂ ਹੁਣ 1 ਲੀਟਰ ਪੈਟਰੋਲ ਦੀ ਕੀਮਤ 33% ਜ਼ਿਆਦਾ ਹੈ। ਦਿੱਲੀ ਵਿੱਚ ATF ਦੀ ਕੀਮਤ 79.16 ਰੁਪਏ ਪ੍ਰਤੀ ਕਿਲੋ ਲੀਟਰ ਲਗਭਗ 79 ਰੁਪਏ ਲੀਟਰ ਹੈ। ਉਸ ਤੋਂ ਬਾਅਦ ਅਗਲੀ ਵੱਡੀ ਖਬਰ ਆ ਰਹੀ ਹੈ। ਰਾਜਾ ਬੜਿੰਗ ਦੇ ਮੰਤਰੀ ਬਣਦਿਆਂ ਹੀ ਇੱਕ ਦਿਨ ਵਿੱਚ ਪੰਜਾਬ ਰੋਡਵੇਜ ਨੂੰ ਹੋਇਆ 40 ਲੱਖ ਦਾ ਮੁਨਾਫਾ ਜੀਹਾਂ ਦੋਸਤੋ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਬੜਿੰਗ ਕੱਲ੍ਹ ਸ਼੍ਰੀ ਮਕਸਰ ਸਾਹਿਬ ਦੇ ਬਾਸ ਅੱਡੇ ਤੇ ਪਹੁੰਚੇ ਸਨ ਤੇ ਰਾਜਾ ਬੜਿੰਗ ਦੇ ਮੰਤਰੀ ਬਣਦਿਆਂ ਹੀ ਇੱਕ ਦਿਨ ਦੇ ਵਿੱਚ ਪੰਜਾਬ ਰੋਡਵੇਜ ਨੇ 40 ਲੱਖ ਦਾ ਮੁਨਾਫਾ ਕਮਾਇਆ ਹੈ ਤੇ ਇਸ ਦੇ ਨਾਲ ਹੀ ਨਿੱਜੀ ਬੱਸਾਂ ਜੋ ਕਿ ਨਜਾਇਜ਼ ਬੱਸਾਂ ਚੱਲ ਰਹੀਆਂ ਸਨ ਉਹਨਾਂ ਨੂੰ ਬ੍ਰੇਕਾਂ ਲਗਾ ਦਿੱਤੀਆਂ ਹਨ ਇਸ ਜਾਣਕਾਰੀ ਨੂੰ ਰਾਜਾ ਬੜਿੰਗ ਦੇ ਵੱਲੋਂ ਮੋਖਰ ਸਾਹਿਬ ਪਹੁੰਚ ਕੇ ਸੰਝਾ ਕੀਤਾ ਗਿਆ ਉਹਨਾਂ ਨੇ ਦੱਸਿਆ ਕਿ ਸਰਕਾਰੀ ਰੂਟਾਂ ਤੇ ਚੱਲਣ ਵਾਲੀਆਂ ਪ੍ਰਾਈਵੇਟ ਬੱਸਾਂ ਤੇ ਨਜਾਇਜ਼ ਬੱਸਾਂ ਤੇ ਅਸੀਂ ਬ੍ਰੇਕਾਂ ਲਗਾ ਰਹੇ ਹਾਲਾਂਕਿ ਉਹਨਾਂ ਨੇ ਬੱਸਾਂ ਵੱਲੋਂ ਖੁਦ ਹੀ ਸਰੈਂਡਰ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਇਹ ਵੀ ਕਿਹਾ ਕਿ ਮੁਨਾਫੇ ਤੋਂ ਬਾਅਦ ਹੁਣ ਜੋ ਕੰਡਮ ਬੱਸਾਂ ਹਨ ਉਹਨਾਂ ਨੂੰ ਬਦਲਿਆ ਜਾਵੇਗਾ ਤੇ ਨਵੀਆਂ ਬੱਸਾਂ ਸ਼ੁਰੂ ਕੀਤੀਆਂ ਜਾਣਗੀਆਂ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਆ ਰਹੀ ਹੈ ਸਰਕਾਰੀ ਮੁਲਾਜ਼ਮ ਨਹੀਂ ਲੈ ਸਕਣਗੇ ਦਹੇਜ ਸਰਕਾਰ ਨੂੰ ਦੇਣਾ ਪਵੇਗਾ ਲਗਤੀ ਹਲਫਨਾਮਾ ਜੀहां ਦੋਸਤੋ ਸੂਬੇ ਦੇ ਸਰਕਾਰੀ ਮੁਲਾਜ਼ਮਾਂ ਦਹੇਜ ਨਹੀਂ ਲੈ ਸਕਣਗੇ ਤੇ ਉਹਨਾਂ ਨੂੰ ਨੌਕਰੀ ਤੇ ਲੱਗਣ ਵੇਲੇ ਹਲਫਨਾਮਾ ਦੇਣਾ ਪਵੇਗਾ ਤੇ ਦੇਸ਼ ਵਿਰੋਧੀ ਇਸ ਮਹਿੰਮ ਦੀ ਸ਼ੁਰੂਆਤ ਉੱਤਰ ਪ੍ਰਦੇਸ਼ ਦੇ ਯੋਗਿਆ ਦਿੱਤਿਆਨਾਥ ਸਰਕਾਰ ਨੇ ਕੀਤੀ ਹੈ ਇਹਦੇ ਤਹਿਤ ਹੁਣ ਸੂਬਾ ਸਰਕਾਰ ਦੇ ਮੁਲਾਜ਼ਮਾਂ ਨੂੰ ਇਹ ਐਲਾਨ ਕਰਨਾ ਹੋਵੇਗਾ ਕਿ ਉਹਨਾਂ ਨੇ ਆਪਣੇ ਵਿਆਹ ਵਿੱਚ ਦਾਜ ਲਿਆ ਹੈ ਜਾਂ ਨਹੀਂ ਇਹ ਹੁਕਮ ਖਾਸ ਤੌਰ ਤੇ ਉਹਨਾਂ ਸਾਰੇ ਸਰਕਾਰੀ ਕਰਮਚਾਰੀਆਂ ਤੇ ਲਾਗੂ ਹੋਵੇਗਾ ਜਿਨ੍ਹਾਂ ਦਾ ਵਿਆਹ 31 ਅਪ੍ਰੈਲ 2004 ਤੋਂ ਬਾਅਦ ਹੋਇਆ ਤੇ ਉਹਨਾਂ ਨੂੰ ਇਸ ਸਬੰਧੀ ਹਲਫਨਾਮਾ ਦੇਣਾ ਪਵੇਗਾ ਸੂਬਾ ਸਰਕਾਰ ਦੇ ਹੁਕਮਾਂ ਦੇ ਤਹਿਤ ਹਲਫਨਾਮਾ ਨਾ ਦੇਣ ਵਾਲੇ ਕਰਮਚਾਰੀਆਂ ਦੇ ਖਿਲਾਫ ਵਿਭਾਗੀ ਕਾਰਵਾਈ ਵੀ ਕੀਤੀ ਜਾਵੇਗੀ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਆ ਰਹੀ ਆ ਸਾਰੀਆਂ ਪਾਬੰਦੀਆਂ ਖਤਮ ਅੱਜ ਸਾਰੇ 100 ਫੀਸਦੀ ਸਮਰੱਥਾ ਦੇ ਨਾਲ ਉਡਾਣ ਭਰਨਗੇ ਜਹਾਜ਼ ਕਿਰਾਇਆ ਵੀ ਹੋ ਸਕਦਾ ਹੈ ਸਸਤਾ ਦੇਸ਼ ਦੇ ਵਿੱਚ ਕਰੋਨਾ ਦੇ ਲਗਾਤਾਰ ਘਟ ਰਹੇ ਮਾਮਲਿਆਂ ਦੇ ਚੱਲਦਿਆਂ ਹੋਇਆਂ ਕੇਂਦਰ ਸਰਕਾਰ ਨੇ ਇੱਕ ਵੱਡਾ ਫੈਸਲਾ ਲੈਂਦੇ ਹੋਏ ਘਰੇਲੂ ਹਵਾਈ ਜਹਾਜ਼ ਦੀ ਸਮਰੱਥਾ ਵਾਰਤ ਨੂੰ ਲੈ ਕੇ ਲੱਗੀਆਂ ਪਾਬੰਦੀਆਂ ਨੂੰ ਹਟਾ ਦਿੱਤਾ ਤੇ ਅੱਜ ਤੋਂ ਘਰੇਲੂ ਸੈਕਟਰ ਵਿੱਚ ਜਹਾਜ਼ ਕੰਪਨੀਆਂ 100 ਫੀਸਦੀ ਸਮਰੱਥਾ ਦੇ ਨਾਲ ਉਡਾਣ ਭਰ ਸਕਣਗੀਆਂ ਮੌਜੂਦਾ ਸਮੇਂ ਘਰੇਲੂ ਖੇਤਰ ਦੀਆਂ ਕੰਪਨੀਆਂਾਂ ਵਿੱਚ 85% ਸਮਰੱਥਾ ਦੇ ਨਾਲ ਉਡਾਣ ਭਰ ਸਕਦੀਆਂ ਸੰਤ ਤੇ ਸਰਕਾਰ ਨੇ ਕਰੋਨਾ ਵਾਇਰਸ ਇਨਫੈਕਸ਼ਨ ਦੇ ਕਾਰਨ ਸਮਾਜਿਕ ਦੂਰੀਆਂ ਦੇ ਨਿਯਮਾਂ ਦੇ ਕਾਰਨ ਇਹ ਪਾਬੰਦੀਆਂ ਲਗਾਈਆਂ ਹੋਈਆਂ ਸੰਤ ਤੇ ਹੁਣ ਸਰਕਾਰ ਦੇ ਵੱਲੋਂ ਪਾਬੰਦੀਆਂ ਹਟਾਉਣ ਦੇ ਇਸ ਫੈਸਲੇ ਦੇ ਨਾਲ ਯਾਤਰੀਆਂ ਨੂੰ ਵੱਡੀ ਰਾਤ ਮਿਲੇਗੀ ਤੇ ਇਸ ਦਾ ਸਿੱਧਾ ਅਸਰ ਹਵਾਈ ਯਾਤਰਾ ਦੀਆਂ ਟੈਕਟਾਂ 'ਤੇ ਵੀ ਪੈ ਸਕਦਾ ਹੈ ਹੁਣ ਘਟ ਸਮਰੱਥਾ ਦੇ ਕਾਰਨ ਏਅਰਲਾਈਨ ਕੰਪਨੀਆਂ ਨੂੰ ਟੈਕਟ ਦੀ ਕੀਮਤ ਜ਼ਿਆਦਾ ਰੱਖਣੀ ਪੈ ਰਹੀ ਤੇ ਹੁਣ ਉਹਨਾਂ ਨੂੰ ਵੱਡੀ ਰਾਹਤ ਦਿੱਤੀ ਜਾ ਸਕਦੀ ਹੈ ਇਹ ਸਮਝੀ ਹੁਣ ਤੱਕ ਦੀਆਂ ਪੰਜਾਬ ਭਾਰਤ ਦੀਆਂ ਵੱਡੀਆਂ ਖਬਰਾਂ ਇੰਨਾਂ ਖਬਰਾਂ ਨੂੰ ਤੁਸੀਂ ਬਾਤ ਤੋਂ ਬਾਅਦ ਫੇਸਬੁੱਕ WhatsApp ਗਰੁੱਪਾਂ ਵਿੱਚ ਸ਼ੇਅਰ ਕਰਿਓ ਧੰਨਵਾਦ